ਜੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਰੀਮਾ ਖਬਰਾਂ ਜੋ ਅਸੀਂ ਦੇਖਦੇ ਪਰਦੇ ਸੁਣਦੇ ਆ ਉਹਨਾਂ ਦੇ ਪਿੱਛੇ ਬਹੁਤ ਸਾਰੇ ਤੱਥ ਬਹੁਤ ਸਾਰੀਆਂ ਸੱਚਾਈਆਂ ਲੁਕੀਆਂ ਹੁੰਦੀਆਂ ਨੇ ਇਹਨਾਂ ਤੱਥਾਂ ਦੀ ਪਰਚੋਲ ਕਰਨ ਲਈ ਸਾਡੇ ਮਾਹਰ ਮਹਿਮਾਨ ਜੋ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਸੋ ਅੱਜ ਦੇ ਜਿਹੜੇ ਮਹਿਮਾਨ ਸਾਡੇ ਸਟੂਡੀਓ ਚ ਮੌਜੂਦ ਨੇ ਜੋ ਇਹਨਾਂ ਤੱਥਾਂ ਦੀ ਪਰਚੋਲ ਕਰਨਗੇ ਉਹਨੇ ਮਦਨਦੀਪ ਜੀ ਸੀਨੀਅਰ ਪੱਤਰਕਾਰ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਮਦਨਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਸਭ ਤੋਂ ਪਹਿਲਾਂ ਰੁਕ ਕਰ ਲੈਣੇ ਅੱਜ ਦੀ ਪਹਿਲੀ ਖਬਰ ਦੇ ਵੱਲ ਸਰਕਾਰ ਨੇ ਜੋ ਪੱਤਰ ਭੇਜਿਆ ਸੀ ਕਿਸਾਨਾਂ ਨੂੰ ਉਹ ਕਿਸਾਨਾਂ ਨੇ ਠੁਕਰਾ ਦਿੱਤਾ ਔਰ ਕਿਹਾ ਕਿ ਅਸੀਂ ਗੱਲਬਾਤ ਕਰਨ ਨੂੰ ਤਾਂ ਤਿਆਰ ਆਂ ਪਰ ਸਰਕਾਰ ਕੋਈ ਠੋਸ ਹੱਲ ਤਾਂ ਲੱਭੇ ਤੁਹਾਨੂੰ ਕੀ ਲੱਗਦਾ ਮਦਨਦੀਪ ਜੀ ਇਹਦਾ ਕੋਈ ਸੱਚੀ ਠੋਸ ਹੱਲ ਲੱਭੇਗਾ ਦੇਖੋ ਅਸੀਂ ਤਾਂ ਆਸ ਇਹੀ ਰੱਖਦੇ ਹਾਂ ਜੀ ਔਰ ਇਹ ਹੀ ਆਸ ਹੋਣੀ ਚਾਹੀਦੀ ਹੈ ਜੀ ਅੰਦੋਲਨ ਤੁਹਾਨੂੰ ਪਤਾ ਵੀ ਜਿਸ ਪੜਾ ਤੇ ਪਹੁੰਚ ਚੁੱਕਾ ਹੈ ਜੇ ਸਿਖਰ ਤੇ ਪਹੁੰਚ ਚੁੱਕਾ ਹੈ ਉਥੋਂ ਹੱਲ ਕੀਤੇ ਬਿਨਾ ਤਾਂ ਵਾਪਸ ਅੰਦੋਲਨ ਹੋਣਾ ਐਸੁਰੇ ਲੱਗਦਾ ਨਹੀਂ ਬਹੁਤ ਮੁਸ਼ਕਲ ਹੈ ਠੀਕ ਹੈ ਨਾ ਔਰ ਸਰਕਾਰ ਨੂੰ ਜਿਹੜਾ ਸਰਕਾਰ ਦਾ ਜਿਹੜਾ ਹੁਣ ਤੱਕ ਦਾ ਰੁਖ ਹੈ ਜੇ ਆਪਾਂ ਦੇਖੀਏ ਉਹਦੇ ਤੋਂ ਕਈ ਤਰ੍ਹਾਂ ਦੇ ਪ੍ਰਭਾਵ ਜਿਹੜੇ ਆ ਉਹ ਸਾਹਮਣੇ ਆ ਰਹੇ ਜੀ ਜੀ ਕਦੇ-ਕਦੇ ਓਹ ਲੱਗਦਾ ਹੈ ਵੀ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਥਕਾ ਕੇ ਖਤਮ ਕਰਨਾ ਚਾਹੁੰਦੀ ਹੈ ਕਦੇ ਇਹ ਲੱਗਦਾ ਹੈ ਕਿ ਸਰਕਾਰ ਕੋਈ ਵਿਚਾਰਲਾ ਹੱਲ ਲੱਭਣ ਦਾ ਯਤਨ ਕਰ ਰਹੀ ਹੈ ਜੀ 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 ਕਦੇ ਇਹ ਲੱਗਦਾ ਹੈ ਕਿ ਅੱਜ ਭਲਕ ਨੂੰ ਸਰਕਾਰ ਐਲਾਨ ਕਰ ਦੇਵੇਗੀ ਜੋ ਤੁਸੀਂ ਚਾਹੁੰਦੇ ਹੋ ਉਹ ਹੋ ਜਾਏਗਾ ਤੁਸੀਂ ਆਪਣੇ ਘਰਾਂ ਨੂੰ ਜਾਓ ਠੰਡ ਚ ਕਾਹਨੂੰ ਬੈਠਿਓ ਜੀ ਸੋ ਇਸ ਤਰ੍ਹਾਂ ਦੀ ਇੱਕ ਇੱਕ ਆਸ ਇੱਕ ਉਮੀਦ ਅੰਦੋਲਨ ਦੇ ਵਿੱਚ ਇੱਕ ਉਮੀਦ ਵੀ ਹੁੰਦੀ ਹੈ ਜੀ ਬਿਲਕੁਲ ਔਰ ਇਸ ਅੰਦੋਲਨ ਦਾ ਜਿਹੜਾ ਚੰਗਾ ਪੱਖ ਹੈ ਜੀ ਉਹ ਇਹ ਹੈਗਾ ਕਿ ਕਿਸਾਨਾਂ ਦੇ ਆਗੂਆਂ ਨੇ ਸਰਕਾਰ ਨੂੰ ਵਾਰ-ਵਾਰ ਇਹ ਗੱਲ ਕਹੀ ਹੈ ਜੀ ਵਾਰ-ਵਾਰ ਇਹ ਗੱਲ ਯਾਦ ਕਰਾਈ ਹੈ ਕਿ ਅਸੀਂ ਗੱਲਬਾਤ ਜਾਰੀ ਰੱਖਾਂਗੇ ਜੀ ਜੀ ਅੰਦੋਲਨ ਵੀ ਜਾਰੀ ਹੈ ਜੀ ਪਰ ਅੰਦੋਲਨ ਦੇ ਦੌਰਾਨ ਕਿਤੇ ਵੀ ਕਿਸਾਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਨਹੀਂ ਕਰਨੀ ਚਾਹੁੰਦੇ ਜੀ ਬਿਲਕੁਲ ਔਰ ਸਰਕਾਰ ਨੇ ਵੀ ਹਾਲੇ ਤੱਕ ਕਿਤੇ ਇਹ ਗੱਲ ਨਹੀਂ ਕਹੀ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੁੰਦੇ ਸੋ ਕੋਈ ਨਾ ਕੋਈ ਇਸ ਤਰ੍ਹਾਂ ਦਾ ਰਸਤਾ ਜਿਹੜਾ ਹੈਗਾ ਜਿਹੜਾ ਕਿਸਾਨਾਂ ਨੂੰ ਵੀ ਮਨਜ਼ੂਰ ਹੋਵੇ ਸਰਕਾਰ ਵੀ ਆਪਣੀ ਗੱਲ ਜਿਹੜੀ ਹੈਗੀ ਉਹ ਪੁਗਾ ਦੇਵੇ ਜੀ ਜੀ ਇਸ ਤਰ੍ਹਾਂ ਦਾ ਕੋਈ ਰਾਹ ਮੇਰਾ ਖਿਆਲੇ ਲੱਭਣ ਦੇ ਯਤਨ ਕੀਤੇ ਜਾ ਰਹੇ ਹੋਣੇ ਆ ਇਸ ਤਰ੍ਹਾਂ ਦੀ ਆਸ ਜਿਸ ਤਰ੍ਹਾਂ ਦੀ ਹੈਗੀ ਹੈ ਪਰ ਇਹਦੇ ਵਿੱਚ ਰਾਤ ਦੀ ਜਿਹੜੀ ਗੱਲ ਹੈਗੀ ਐਤਵਾਦ ਦੀ ਰਾਤ ਦੀ ਉਹ ਥੋੜੀ ਉਹਨੇ ਕਿਸਾਨਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦਾ ਇੱਕ ਵਾਰ ਫਿਰ ਮਾਹੌਲ ਪੈਦਾ ਕੀਤਾ ਜੀ ਜੀ ਨਵਾਂ ਇੱਕ ਜਿਹੜਾ ਸਰਕਾਰ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਹੈ ਜੀ ਉਹਦੇ ਵਿੱਚ ਜਿਹੜੀਆਂ ਜੋ ਕੁਝ ਦਰਜ ਕੀਤਾ ਸਰਕਾਰ ਨੇ ਜੋ ਕੁਝ ਕਹੇ ਕਿਸਾਨਾਂ ਨੂੰ ਕਿ ਅਸੀਂ ਇਸ ਤਰ੍ਹਾਂ ਨਾਲ ਤੁਹਾਡੇ ਨਾਲ ਗੱਲਬਾਤ ਕਰਨੇ ਚਾਹੁੰਦੇ ਆ ਜੀ ਉਹਦੇ ਤੇ ਕਿਸਾਨ ਹਲੇ ਰਾਜੀ ਨਹੀਂ ਹੋਏ ਜੀ ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਉਸ ਚਿੱਠੀ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਆਈ ਹੈ ਉਹਦੇ ਵਿੱਚ ਕੁਝ ਨਵਾਂ ਨਹੀਂ ਹੈਗਾ ਜੀ ਉਹੀ ਗੱਲਾਂ ਹੈਗੀ ਆ ਜਿਨ੍ਹਾਂ ਨੂੰ ਪਹਿਲਾਂ ਉਹ ਨਾਮਨਜ਼ੂਰ ਕਰ ਚੁੱਕੇ ਆ ਜੀ ਸੋ ਇਹ ਇਸ ਤਰ੍ਹਾਂ ਤੁਸੀਂ ਵੇਖਿਆ ਹੋਣਾ ਕਈ ਅਖਬਾਰਾਂ ਨੇ ਇਸ ਤਰ੍ਹਾਂ ਦੀ ਹੈਡਿੰਗ ਵੀ ਲਾਏ ਆ ਕਿ ਕਿਸਾਨਾਂ ਨੇ ਸੱਦਾ ਪੱਤਰ ਨਾ ਮਨਜ਼ੂਰ ਕਰਤਾ ਆ ਸਿਰੋਂ ਖਾਰਜ ਕਰ ਦਿੱਤਾ ਆ ਕੁਝ ਅਖਬਾਰਾਂ ਨੇ ਇਹ ਵੀ ਕਿਹਾ ਕਿ ਸਿਰੋਂ ਖਾਰਜ ਨਹੀਂ ਕੀਤਾ ਕਿਸਾਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਲਈ ਹੱਲੇ ਵੀ ਤਿਆਰ ਆ ਗੱਲਬਾਤ ਅਸੀਂ ਕਰਾਂਗੇ ਜੀ ਅਸੀਂ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਆ ਜੀ ਪਰ ਉਹਨਾਂ ਨੇ ਇਹ ਸਰਕਾਰ ਨੂੰ ਕਿਹਾ ਕਿ ਜੇ ਤੁਸੀਂ ਦੁਬਾਰਾ ਸਾਨੂੰ ਫਿਰ ਗੱਲਬਾਤ ਲਈ ਬੁਲਾ ਰਹੇ ਹੋ ਤਾਂ ਇਹਦੇ ਵਿੱਚ ਕੋਈ ਤੁਹਾਡੇ ਕੋਲੇ ਕੋਈ ਗੱਲਬਾਤ ਦਾ ਕੋਈ ਠੋਸ ਜਿਹੜਾ ਹੈਗਾ ਉਹ ਹੱਲ ਹੋਣਾ ਚਾਹੀਦਾ ਯਾਰ ਜੀ 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 ਕੋਈ ਠੋਸ ਕਾਰਨ ਹੋਵੇ ਜਿਹਦੇ ਤੇ ਤੁਸੀਂ ਗੱਲਬਾਤ ਕਰਨ ਗੱਲਬਾਤ ਲਈ ਸਾਨੂੰ ਬੁਲਾਇਆ ਹੈ ਜੀ ਕਿਉਂਕਿ ਹੁਣ ਤਾਂ ਸਰਕਾਰ ਨੂੰ ਵੀ ਇਹ ਸਪਸ਼ਟ ਹੋ ਚੁੱਕਿਆ ਹੈ ਕਿਸਾਨ ਕੀ ਚਾਹੁੰਦੇ ਜੀ ਬਿਲਕੁਲ ਕਿਸਾਨ ਹਾਲੇ ਤੱਕ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਸ ਗੱਲ ਤੇ ਅੜੇ ਹੋਏ ਆ ਵੀ ਤਿੰਨੇ ਦੇ ਤਿੰਨੇ ਕਾਨੂੰਨ ਵਾਪਸ ਲਓ ਜੀ ਜੀ ਪਰ ਸਰਕਾਰ ਹੱਲੇ ਵੀ ਇਹ ਚਾਹੁੰਦੀ ਹੈ ਵੀ ਕਾਨੂੰਨ ਕਿਉਂਕਿ ਕਾਨੂੰਨ ਦੇਖੋ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਹੈ ਬਿਲਕੁਲ ਠੀਕ ਹੈ ਨਾ ਸੋ ਬੜਾ ਔਖਾ ਹੋ ਜਾਂਦਾ ਹੈ ਵੀ ਜਦੋਂ ਤੁਸੀਂ ਦੇਸ਼ ਦਾ ਇੱਕ ਕਾਨੂੰਨ ਬਣਾਓ ਜੀ ਕਾਨੂੰਨ ਨੂੰ ਵਾਪਸ ਲੈ ਲੋ ਅੰਦੋਲਨ ਦੇ ਅੱਗੇ ਝੁੱਕ ਕੇ ਤੇ ਸਰਕਾਰ ਲਈ ਵੀ ਇੱਕ ਬੜਾ ਵੱਡਾ ਸਵਾਲ ਬਣਿਆ ਹੋਇਆ ਹੈ ਜੀ ਜੀ ਪਰ ਫਿਰ ਵੀ ਲੋਕਾਂ ਨਾਲੋਂ ਤਾਂ ਕਾਨੂੰਨ ਵੱਡੇ ਨਹੀਂ ਹੁੰਦੇ ਬਿਲਕੁਲ ਜੇ ਦੇਸ਼ ਇਹ ਚਾਹੁੰਦਾ ਹੈ ਵੀ ਤੁਸੀਂ ਇਹ ਕਾਨੂੰਨ ਨਾ ਲਾਗੂ ਕਰੋ ਤਾਂ ਸਰਕਾਰ ਨੂੰ ਸੋਚਣਾ ਵੀ ਪੈਗਾ ਸੋਚਣਾ ਚਾਹੀਦਾ ਵੀ ਹੈ ਜੀ ਸੋ ਇਸ ਕਰਕੇ ਦੇਖੋ ਹੁਣ ਮਾਹੌਲ ਕਿਸ ਤਰ੍ਹਾਂ ਦਾ ਕਿੰਨੀ ਠੰਡਿਆ ਜੀ ਆਪਾਂ ਬਾਹਰ ਨਿਕਲਦੇ ਆ ਕਿੰਨੀ ਰਾਤ ਨੂੰ ਧੁੰਦ ਹੁੰਦੀ ਹੈ ਬਿਲਕੁਲ ਰਾਤ ਨੂੰ ਤਾਂ ਨਿਹਰੀ ਬਰਫ਼ ਪੈ ਰਹੀ ਹੈ ਜੀ ਔਰ ਬਿਲਕੁਲ ਨੀਲੇ ਅਸਮਾਨ ਦੇ ਥੱਲੇ ਖੁੱਲੀ ਛੱਦ ਦੇ ਥੱਲੇ ਪਏ ਬੰਦੇ ਬੈਠੇ ਆ ਜੀ ਥੱਲੋ ਤੁਸੀਂ ਦੇਖੋ ਜ਼ਮੀਨਾਂ ਕਿੰਨੀਆਂ ਠੰਡੀਆਂ ਸੜਕਾਂ ਕਿੰਨੀਆਂ ਠੰਡੀਆਂ ਠੀਕ ਹੈ ਨਾ ਜੀ ਜੀ ਸੋ ਉਹਨਾਂ ਨੇ ਉੱਥੇ ਕੀ ਰੱਖਿਆ ਹੋਇਆ ਜੀ ਬੈਠੇ ਆ ਕਿਤੇ ਕੋਈ ਧੋਣੀ ਦਿਖਾਈ ਬੈਠਾ ਆ ਕਿਤੇ ਵੈਸੇ ਗੱਲਾਂ ਬਾਤਾਂ ਚੱਲ ਰਹੀ ਐ ਨੀਂਦ ਕਿੱਥੇ ਆਉਂਦੀ ਬਾਹਰ ਇਹ ਨੀ ਠੰਡ ਦੇ ਵਿੱਚ ਜੀ ਸੋ ਕੋਈ ਨਾ ਕੋਈ ਸਰਕਾਰ ਨੂੰ ਛੇਤੀ ਹੱਲ ਕਢਣਾ ਚਾਹੀਦਾ ਹੈ ਥੋੜਾ ਜਿਹਾ ਜਿਵੇਂ ਕਹਿੰਨੇ ਆ ਵੀ ਇੱਕ ਇਨਸਾਨੀਅਤ ਦੇ ਨਾਤੇ ਪਿਗਲਣਾ ਚਾਹੀਦਾ ਸਰਕਾਰ ਨੂੰ ਹੀ ਪਿਗਲਣਾ ਚਾਹੀਦਾ ਹੈ ਵੀ ਬੰਦਿਆਂ ਦਾ ਸੀ ਧਿਆਨ ਰੱਖੀਏ ਸਾਡੇ ਹੀ ਆ ਕੋਈ ਬਗਾਨੇ ਤਾਂ ਹੈ ਨਹੀਂ ਸਾਡੇ ਦੇਸ਼ ਦੇ ਆ ਉਹ ਲੋਕ ਆ ਜਿਹੜਾ ਸਾਡੇ ਸਾਨੂੰ ਜਿਉਂਦਾ ਰੱਖਣ ਵਾਸਤੇ ਅੰਨ ਉਗਾਉਂਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਅਸੀਂ ਦੇਵਤੇ ਕਹਿੰਨੇ ਆ ਤੇ ਦੇਵਤਿਆਂ ਨੂੰ ਠੰਡ 'ਚ ਕਾਹਨੂੰ ਉਠਾਇਆ ਹੋਇਆ ਹੈ ਦੇਵਤਿਆਂ ਨੂੰ ਖੁਸ਼ ਕਰਨ ਸਰਕਾਰ ਸਰਕਾਰ ਦੀ ਖੁਸ਼ੀ ਵੀ ਇਹਦੇ ਵਿੱਚ ਹੋਣੀ ਚਾਹੀਦੀ ਹੈ ਸੋ ਇਹਨਾਂ ਦੇਵਤਿਆਂ ਨੂੰ ਖੁਸ਼ ਕਰਨਾ ਬਣਦਾ ਆ ਦੇਵਤਿਆਂ ਨੂੰ ਨਾਰਾਜ਼ ਨਹੀਂ ਕਰੀਦਾ ਮੈਂ ਤਾਂ ਸਰਕਾਰ ਨੂੰ ਇਹ ਸਲਾਹ ਦਿੰਨਾ ਆ ਭਾਵੇਂ ਮੇਰੀ ਸਲਾਹ ਮੰਨੀ ਜਾਣੀ ਜਾਂ ਨਹੀਂ ਮੰਨੀ ਜਾਂ ਬਸ ਦੇਵਤਿਆਂ ਨੂੰ ਨਾਰਾਜ਼ ਨਹੀਂ ਕਰੀਦਾ ਬਸ ਮੈਂ ਤੇ ਗੱਲ ਕਰ ਲੈਣੇ ਆ ਕਰੋਨਾ ਵਾਇਰਸ ਦੀ ਕਰੋਨਾ ਵਾਇਰਸ ਜਿਹਦਾ ਹੁਣ ਇੱਕ ਘਾਤਕ ਰੂਪ ਸਾਹਮਣੇ ਆਇਆ ਹੈ ਬਰਤਾਨੀਆਂ ਦੇ ਵਿੱਚ ਔਰ ਇਸ ਕਰਕੇ ਭਾਰਤ ਸਣੇ ਕਈ ਦੇਸ਼ਾਂ ਨੇ ਹਵਾਈ ਉਡਾਣਾਂ ਤੇ ਪਾਬੰਦੀ ਵੀ ਲਗਾ ਦਿੱਤੀ ਹੈ ਇਸ ਰੂਪ ਤੋਂ ਡਰਨ ਦੀ ਕਿੰਨੀ ਲੋੜ ਹੈ ਕਿਉਂਕਿ ਹਾਲੇ ਅਸੀਂ ਵੇਸ ਲਿਆ ਦੇਖੋ ਮੈਂ ਬਹੁਤ ਨੇੜਿਓਂ ਜੀ ਇਹ ਸਾਰਾ ਕੁਝ ਬਾਚ ਰਿਹਾ ਸੀ ਪਿਛਲੇ ਦਿਨਾਂ ਤੋਂ ਜਦੋਂ ਦਾ ਇਹ ਰੌਲਾ ਪਿਆ ਹੈ ਬਰਟੇਨ ਦਾ ਜੀ ਡਾਕਟਰ ਜਿਹੜੇ ਭਾਰਤ ਦੇ ਡਾਕਟਰ ਆ ਜੀ ਭਾਰਤ ਦੇ ਡਾਕਟਰ ਦਾ ਇਹ ਕਹਿਣਾ ਹੈ ਕਿ ਠੀਕ ਹੈ ਇਹਦਾ ਬਰਟੇਨ ਦੇ ਵਿੱਚ ਇੱਕ ਨਵਾਂ ਰੂਪ ਸਾਹਮਣੇ ਆਇਆ ਹੈ ਜੀ ਜੀ ਬਰਟੇਨ ਦੇ ਵਿੱਚ ਬਹੁਤ دہشت ਆ ਜੀ ਬਿਲਕੁਲ ਬਰਟੇਨ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਥੋਂ ਜਿਹੜੀ ਆਵਾਜ਼ ਆਈ ਬਾਹਰੋਂ ਜਿਹੜੇ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚੋਂ ਜਿਹੜੇ ਬਰਟੇਨ ਦੇ ਵਿੱਚ ਲੋਕ ਆਉਂਦੇ ਸੀ ਬਲਿ ਬਰਟੇਨ ਨੇ ਵੀ ਉਹਨਾਂ ਨੂੰ ਰੋਕਿਆ ਹੈ ਜੀ ਬਿਲਕੁਲ ਲੇਕਿਨ ਯੂਰਪ ਨੇ ਬ੍ਰਿਟੇਨ ਨਾਲੋਂ ਸਭ ਤੋਂ ਪਹਿਲਾਂ ਸੰਬੰਧ ਤੋੜੇ ਆ ਬਹੁਤ ਜਲਦੀ ਸੰਬੰਧ ਤੋੜੇ ਜਿਵੇਂ ਫਰਾਂਸ ਆ ਦੇਖੋ ਤੁਸੀਂ ਸਰਹੱਦ ਆ ਜੀ ਫਰਾਂਸ ਨੇ ਬਹੁਤ ਜਲਦੀ ਸੰਬੰਧ ਤੋੜ ਲਏ ਫਰਾਂਸ ਨੂੰ ਜਦੋਂ ਪਤਾ ਲੱਗਿਆ ਸਾਡੇ ਹਿੰਦੁਸਤਾਨ ਦੇ ਵਿੱਚ ਵੀ ਜਿਹੜੀ ਹੈਗੀ ਆ ਹੁਣ ਇੱਕ ਮੀਟਿੰਗ ਹੋਈ ਸੀ ਪਿਛਲੇ ਦਿਨੀ ਇੱਕ ਦਿਨ ਪਹਿਲਾਂ ਉਹਦੇ ਵਿੱਚ ਫੈਸਲਾ ਲਿਆ ਗਿਆ ਇੱਕ 31 ਦਸੰਬਰ ਤੱਕ ਜਿਹੜੀ ਹਵਾਈ ਉਡਾਣਾਂ ਜਿਹੜੀਆਂ ਹੈਗੀਆਂ ਬਰਟੇਨ ਤੋਂ ਆਉਣ ਵਾਲੀਆਂ ਤੇ ਉਹਨਾਂ 'ਤੇ ਰੋਕ ਲਾਈ ਜਾਵੇ। ਭਾਰਤ ਨੇ ਵੀ ਰੋਕ ਲਾ ਦਿੱਤੀ ਹੈ। ਦੇਖੋ ਇਹਦੇ ਜਿਹੜੇ ਬਦਲ ਰਿਹਾ ਸਰੂਪ ਆ ਜੀ ਇਸ ਵਾਇਰਸ ਦੇ ਇਹਦੇ ਬਾਰੇ ਹਾਲੇ ਤੱਕ ਡਾਕਟਰ ਜਿਹੜੇ ਹੈਗੇ ਆ ਡਾਕਟਰਸ ਨੂੰ ਵੀ ਉਦੋਂ ਹੀ ਪਤਾ ਲੱਗਦਾ ਜਦੋਂ ਇਹ ਨਵਾਂ ਸਰੂਪ ਧਾਰਨ ਕਰ ਲੈਂਦਾ ਹੈ ਇਹ ਵਾਇਰਸ ਜਿਹੜਾ ਹੈ। ਪਰ ਕਿਉਂਕਿ ਪਿਛਲੇ ਜਿਹੜੇ ਸਾਡੇ ਡਾਕਟਰਸ ਦੇ ਵੀ ਕਹਿਣਾ ਹੈ ਜੀ ਕਿ ਜਿਹੜੀ ਅਸੀਂ ਮਾਰ ਚੱਲ ਚੁੱਕੇ ਆ ਉਸ ਤੋਂ ਵੱਡੀ ਮਾਰ ਨਹੀਂ ਹੋ ਸਕਦੀ ਮਤਲਬ ਸਾਡੇ ਡਾਕਟਰ ਇਹ ਕਹਿ ਰਹੇ ਆ ਜੀ ਵੀ ਅਸੀਂ ਜੇਕਰ ਬਹੁਤ ਵੱਡਾ ਨੁਕਸਾਨ ਹਲੇ ਤੱਕ ਭਾਰਤ ਨੇ ਨਹੀਂ ਉਸ ਤਰ੍ਹਾਂ ਦਾ ਇਹਨੂੰ ਸਾਹਮਣਾ ਨਹੀਂ ਕਰਨਾ ਪਿਆ ਭਾਰਤ ਨੂੰ ਕਰੋਨਾ ਕਰਕੇ ਜੀ ਤੇ ਜੇ ਜਿਵੇਂ ਇੱਕ ਡਾਕਟਰਸ ਕਹਿ ਰਹੇ ਆ ਕਿ ਜਿਹੜੀ ਇਹ ਬਿਮਾਰੀ ਹੈ ਜਿਹੜਾ ਨਵਾਂ ਰੂਪ ਜਿਹੜਾ ਬ੍ਰਿਟੇਨ ਦੇ ਵਿੱਚ ਇਹਦਾ ਸਾਹਮਣੇ ਆਇਆ ਹੈ ਜੀ ਉਹ ਹਲੇ ਤੱਕ ਭਾਰਤ ਦੇ ਵਿੱਚ ਤਾਂ ਕੋਈ ਉਹਦਾ ਹੱਲਿਆਸਰ ਨਹੀਂ ਦੇਖਿਆ ਗਿਆ ਪਰ ਜੇ ਆ ਵੀ ਲਏਗਾ ਤਾਂ ਡਾਕਟਰਸ ਦਾ ਕਹਿਣਾ ਹੈ ਕਿ ਅਸੀਂ ਇਹਦਾ ਸਾਹਮਣਾ ਕਰਨ ਲਈ ਤਿਆਰ ਹੈ ਜੀ ਤਿਆਰੀ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੈਗੀ ਹੁਣ ਤੱਕ ਦੀ ਤਿਆਰੀ ਤਾਂ ਇਹੀ ਹੈ ਵੀ ਮਾਸਕ ਲਾ ਕੇ ਰੱਖੋ ਦੋ ਗੱਜ ਦੀ ਦੂਰੀ ਬਣਾ ਕੇ ਰੱਖੋ ਹਾਲੇ ਤੱਕ ਤਾਂ ਇਹ ਹੈ ਸਾਡੇ ਕੋਲ ਜਿਹੜੀ ਇਹਦੇ ਇਹਦੀ ਰੁਕਾਵਟਾਂ ਆ ਜਾਂ ਇਹਦਾ ਸਾਹਮਣਾ ਕਰਨ ਦੀ ਤਾਕਤ ਹੈਗੀ ਸਾਡੇ ਕੋਲ ਤਾਂ ਆ ਇਹ ਹਾਲੇ ਤੱਕ ਪਰ ਨਾਲ ਦੇ ਨਾਲ ਕਿਉਂਕਿ ਤੁਹਾਨੂੰ ਪਤਾ ਵੀ ਅਪਰੂਵਲ ਵੀ ਮਿਲ ਚੁੱਕੀ ਹੈ ਵੈਕਸੀਨ ਜਿਹੜੀ ਬਣ ਗਈ ਹੋਈ ਹੈ ਭਾਰਤ ਦੇ ਵਿੱਚ ਵੀ ਜਨਵਰੀ ਦੇ ਮੇਰਾ ਖਿਆਲ ਹੈ ਵੀ ਪਹਿਲੇ ਹਫਤੇ ਜਾਂ ਦੂਜੇ ਹਫਤੇ ਜਿਹੜਾ ਹੈਗਾ ਇੱਕ ਜਨਵਰੀ ਦੇ ਕਿਸੇ ਵੀ ਸਮੇਂ ਆ ਕੇ ਜੀ ਸਰਕਾਰ ਨੇ ਬਕਾਇਦਾ ਐਲਾਨ ਕੀਤਾ ਇਸ ਗੱਲ ਦਾ ਕਿ ਟੀਕਾ ਕਰਨ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਪਰ ਇਹਦੇ ਨਾਲ ਇੱਕ ਸਵਾਲ ਇਹ ਵੀ ਆਇਆ ਹੈ ਡਾਕਟਰ ਨੂੰ ਪੁੱਛਿਆ ਗਿਆ ਕਿ ਜਿਹੜੀ ਵੈਕਸੀਨ ਆ ਜਿਹੜਾ ਬ੍ਰਿਟੇਨ ਦੇ ਵਿੱਚ ਇਹਦਾ ਜਿਹੜਾ ਨਵਾਂ ਰੂਪ ਜਿਹੜਾ ਆਇਆ ਆ ਜੀ ਕੀ ਇਹ ਵੈਕਸੀਨ ਉਹਦਾ ਵੀ ਮੁਕਾਬਲਾ ਕਰੇਗੀ ਇਹ ਵੀ ਇੱਕ ਸਵਾਲ ਖੜਾ ਹੋਇਆ ਨਾਲ ਦੇ ਨਾਲ ਉਹ ਡਾਕਟਰ ਦਾ ਕਹਿਣਾ ਹੈ ਕਿ ਜਿਹੜੀ ਵੈਕਸੀਨ ਹੁੰਦੀ ਹੈ ਉਹ ਕੋਈ ਇੱਕ ਰੂਪ ਦਾ ਮੁਕਾਬਲਾ ਕਰਨ ਵਾਸਤੇ ਨਹੀਂ ਬਣਦੀ ਵਾਇਰਸ ਦਾ ਜੀ ਇਸ ਗੱਲ ਦਾ ਪਤਾ ਹੁੰਦਾ ਹੈ ਡਾਕਟਰ ਜੀ ਨੂੰ ਵਿਗਿਆਨੀਆਂ ਨੂੰ ਪਤਾ ਹੁੰਦਾ ਹੈ ਇਸ ਗੱਲ ਦਾ ਜੀ ਕਿ ਇਹਦੇ ਜਿਹੜੇ ਵਾਇਰਸ ਦੇ ਰੂਪ ਆ ਇਹ ਪਹਿਲਾਂ ਵੀ ਬਦਲਦੇ ਰਹੇ ਆ ਇਹ ਨਹੀਂ ਕਿ ਕੋਈ ਨਵੀਂ ਘਟਨਾ ਵਾਪਰੀ ਹੈ ਵੀ ਹੁਣ ਜਿਹੜੇ ਬਦਲੇ ਆ ਪਹਿਲਾਂ ਵੀ ਕਈ ਵਾਇਰਸ ਜਿਹੜੇ ਹੈਗੇ ਆ ਉਹ ਤਾਂ ਰੂਪ ਬਦਲਦਾ ਸੀ ਤੇ ਵੈਕਸੀਨ ਜਿਹੜੀ ਹੈਗੀ ਹੈ ਉਹਦੇ ਆਉਣ ਵਾਲੇ ਖਤਰਿਆਂ ਨੂੰ ਭਾਪੇ ਦੇਖਦੇ ਹੋਇਆ ਵੀ ਮਤਲਬ ਇਹ ਕੋ ਬਣਾਈ ਜਾਂਦੀ ਹੈ ਸੋ ਡਾਕਟਰ ਦਾ ਇਹ ਕਹਿਣਾ ਹੈ ਕਿ ਡਰਨ ਦੀ ਲੋੜ ਨਹੀਂ ਹੈਗੀ ਜਿਸ ਤਰ੍ਹਾਂ ਅਸੀਂ ਪਹਿਲਾਂ ਇਸ ਬਿਮਾਰੀ ਦਾ ਮੁਕਾਬਲਾ ਕਰ ਰਹੇ ਹਾਂ ਜੀ ਸਾਨੂੰ ਉਵੇਂ ਹੀ ਮੁਕਾਬਲਾ ਕਰਨਾ ਚਾਹੀਦਾ ਹੈ ਮਾਸਕ ਲਾ ਕੇ ਰੱਖਣਾ ਚਾਹੀਦਾ ਹੈ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਹੱਥ ਸਾਫ਼ ਰੱਖਣੇ ਚਾਹੀਦੇ ਆ ਚਾਹੇ ਤੁਸੀਂ ਸਾਬਣ ਨਾਲ ਕਰੋ ਸਾਬਣ ਨਹੀਂ ਹੈਗਾ ਤੁਸੀਂ ਜਿਹੜਾ ਜਿਸ ਤਰ੍ਹਾਂ ਅੱਜ ਕੱਲ੍ਹ ਚੱਲੇ ਸੈਨੀਟਾਈਜ਼ਰ ਚੱਲੇ ਹੋਏ ਆ ਇਹਨਾਂ ਨਾਲ ਕਰੋ ਪਰ ਬਿਹਤਰ ਤਾਂ ਇਹੀ ਜੇ ਘਰ 'ਚ ਹੈਗੇ ਉਹ ਸਾਬਣ ਹੈਗਾ ਤੁਹਾਡੇ ਕੋਲ ਸਾਬਣ ਅਵੇਲੇਬਲ ਹੈ ਸਾਬਣ ਨਾਲ ਹੱਥ ਉਹ ਤੁਸੀਂ ਆਪਣੇ ਮੂੰਹ ਨੂੰ ਸਾਫ਼ ਰੱਖੋ ਜੇ ਬਾਰ-ਬਾਰ ਮੂੰਹ ਨੂੰ ਜਿਹੜਾ ਹੱਥ ਨਾਲ ਲਾਓ ਸੋ ਇਸ ਤਰ੍ਹਾਂ ਜੇ ਬਚਾ ਕੇ ਆਪਾਂ ਚੱਲਾਂਗੇ ਤਾਂ ਮੇਰਾ ਖਿਆਲ ਹੈ ਵੀ ਇਸ ਵਾਇਰਸ ਤੋਂ ਵੀ ਸਾਨੂੰ ਉਹਨਾਂ ਖਤਰਾ ਨਹੀਂ ਹੋਣਾ ਜੇ ਭਾਰਤ ਦੇ ਵਿੱਚ ਵਾਇਰਸ ਆਉਂਦਾ ਤਾਂ ਬਿਲਕੁਲ ਜੀ 코로나 ਵਾਇਰਸ ਨੇ ਦੇਸ਼ ਦੀ ਆਰਥਿਕਤਾ ਨੂੰ ਅੱਗੇ ਹੀ ਬੜਾ ਨੁਕਸਾਨ ਪਹੁੰਚਾਇਆ ਹੈ ਔਰ ਇਸ ਘਾਤਕ ਰੂਪ ਦੇ ਕਰਕੇ ਹੁਣ ਸ਼ੇਅਰ ਬਾਜ਼ਾਰ ਦੇ ਉੱਪਰ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ 7 ਮਹੀਨਿਆਂ ਚ ਪਹਿਲੀ ਵਾਰ ਹੈ ਹੋਇਆ ਕਿ ਸ਼ੇਅਰ ਬਾਜ਼ਾਰ ਮੂਹਰੇ ਮੂਢੀ ਗਿਆ ਕਾਫੀ ਜ਼ਿਆਦਾ ਮਾੜਾ ਅਸਰ ਦਿਖਣ ਨੂੰ ਮਿਲਿਆ ਦੇਖੋ ਅਸੀਂ ਤਾਂ ਦੇਖ ਰਹੇ ਹਾਂ ਜਦੋਂ ਦਾ ਕੋਰੋਨਾ ਵਾਇਰਸ ਫੈਲਿਆ ਹੈ ਜੀ ਜਦੋਂ ਦਾ ਲਾਕਡਾਊਨ ਦਾ سلسلہ ਸ਼ੁਰੂ ਹੋਇਆ ਹੈ ਜਾਂ ਕਰਫਿਊ ਲੱਗੇ ਹੈ ਉਦੋਂ ਬਾਅਦ ਕੁਦਰਤੀ ਤੌਰ ਤੇ ਜਿਹੜਾ ਕਾਰੋਬਾਰ ਆ ਉਹਦੇ ਤੇ ਅਸਰ ਹੋਣਾ ਹੀ ਹੋਣਾ ਸੀ ਠੀਕ ਹੈ ਨਾ ਸੋ ਬ੍ਰਿਟੇਨ ਜਿਹੜਾ ਹੈਗਾ ਬ੍ਰਿਟੇਨ ਤੁਹਾਨੂੰ ਪਤਾ ਹੈ ਕੋਈ ਅਮੀਰ ਦੇਸ਼ ਆ ਕੋਈ ਛੋਟਾ ਮੋਟਾ ਦੇਸ਼ ਨਹੀਂ ਹੈਗਾ ਔਰ ਵੱਡੇ ਵਪਾਰਕ ਜਿਹੜੇ ਘਰਾਣੇ ਆ ਉਹਨਾਂ ਦਾ ਘਰ ਵੀ ਹੈ ਬ੍ਰਿਟੇਨ ਸੋ ਜਦੋਂ ਬ੍ਰਿਟੇਨ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਆ ਇੱਕ ਨਵਾਂ ਜਿਹੜਾ ਖੌਫ ਆਇਆ ਇਸ ਕਰੋਨਾ ਦਾ ਉਹਦੇ ਕਰਕੇ ਸਾਡੇ ਸਾਰੇ ਕਾਰੋਬਾਰ ਦੇ ਉੱਪਰ ਵਿੱਚ ਇਹ ਸ਼ੇਅਰ ਬਾਜ਼ਾਰ ਵਿੱਚ ਇਹ ਸਾਰਾ ਕੁਝ ਜਿਹੜਾ ਹੈਗਾ ਉਹਦੇ ਤੇ ਅਸਰ ਹੋਣਾ ਇਹ ਗੈਰ ਕੁਦਰਤੀ ਨਹੀਂ ਹੈ। ਨਹੀਂ ਹੈ ਬਿਲਕੁਲ। ਸੋ ਇਸ ਕਰਕੇ ਇਹਦਾ ਅਸਰ ਜਿਹੜਾ ਹੈਗਾ ਉਹ ਦੇਖਣ ਨੂੰ ਮਿਲ ਰਿਹਾ ਹੈ। ਪਰ ਅਸੀਂ ਉਮੀਦ ਕਰਦੇ ਹਾਂ ਵੀ ਲੰਬਾ ਸਮਾਂ ਇਹ ਅਸਰ ਇਸ ਤਰ੍ਹਾਂ ਨਹੀਂ ਰਹਿਣਾ। ਵਿੱਚੋਂ ਇਸ ਤਰ੍ਹਾਂ ਦੇ ਆਏ ਆ। ਕਈ ਵਾਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਆ। ਵੀ ਬਹੁਤ ਸਾਰਾ ਸ਼ੇਅਰ ਬਾਜ਼ਾਰ ਡਾਊਨ ਹੋਇਆ। ਫਿਰ ਜਿਹੜਾ ਹੈਗਾ ਹੌਲੀ ਹੌਲੀ ਕਰਕੇ ਫਿਰ ਉੱਪਰ ਨੂੰ ਆਇਆ। ਇਸ ਤਰ੍ਹਾਂ ਦੇ ਅਪਸ ਡਾਊਨ ਜਿਹੜੇ ਆ ਇਹਨਾਂ ਸਮਿਆਂ ਦੌਰਾਨ ਚੱਲਦੇ ਰਹੇ ਆ। ਜੀ ਔਰ ਇਹ ਵੀ ਉਸੇ ਸਮੇਂ ਦਾ ਇੱਕ ਹਿੱਸਾ ਹੈਗਾ ਇਹਦੇ ਤੋਂ ਵੀ ਅਸੀਂ ਪਾਰ ਲੰਘ ਜਾਵਾਂਗੇ ਕੋਈ ਗੱਲ ਨਹੀਂ ਹੌਲੀ ਹੌਲੀ ਕਰਕੇ ਸਭ ਠੀਕ ਹੋ ਜਾਏਗਾ ਪਰ ਡਰਨ ਨਾਲੋਂ ਇਹਦੇ ਮੁਕਾਬਲੇ ਲਈ ਤਿਆਰ ਰਹਿਣਾ ਜ਼ਰੂਰੀ ਹੈ ਬਿਲਕੁਲ ਜੀ ਗੱਲ ਕਰ ਲੈਣੇ ਅਗਲੀ ਖਬਰ ਦੀ ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਮਾਰੇ ਜਾ ਰਹੇ ਛਾਪਿਆਂ ਦੇ ਖਿਲਾਫ ਜੋ ਆਰਤੀ ਐਸੋਸੀਏਸ਼ਨ ਦੇ ਖਿਲਾਫ ਮਾਰੇ ਗਏ ਨੇ ਉਹਨਾਂ ਨੇ ਹੁਣ ਆਰਤੀ ਐਸੋਸੀਏਸ਼ਨ ਨੇ ਹੜਤਾਲ ਜਾਰੀ ਕਰ ਦਿੱਤੀ ਹੈ ਵੀ ਇਹ ਛਾਪੇ ਕਿਉਂ ਮਾਰੇ ਜਾ ਰਹੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਆਰਤੀ ਇਸ ਕਰਕੇ ਨਾਰਾਜ਼ ਹੋ ਰਹੇ ਆ ਕਿ ਉਹਨਾਂ ਦਾ ਇਹ ਦੋਸ਼ ਆੜਤੀਆਂ ਦਾ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਦੇ ਕਰਕੇ ਪਰੇਸ਼ਾਨ ਕੀਤਾ ਜਾ ਰਿਹਾ ਆੜਤੀ ਇਹ ਕਹਿ ਰਹੇ ਆ ਹਾਲਾਂਕਿ ਸਰਕਾਰ ਨੇ ਇਸ ਤਰ੍ਹਾਂ ਦਾ ਕੋਈ ਪੱਖ ਨਹੀਂ ਰੱਖਿਆ ਨਾ ਪੰਜਾਬ ਸਰਕਾਰ ਵੱਲੋਂ ਆਇਆ ਨਾ ਕਿਤੇ ਹੋਰ ਆਇਆ ਪਰ ਆੜਤੀਆਂ ਦਾ ਇਹ ਕਹਿਣਾ ਹੈ ਜੀ ਕਿ ਸਾਡੇ ਉੱਤੇ ਜਿਹੜੀ ਛਾਪੇਮਾਰੀ ਹੋ ਰਹੀ ਹੈ ਜੀ ਕੰਪੈਕਸ ਵਿਭਾਗ ਵੱਲੋਂ ਜੀ 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 ਇਹ ਇਸ ਕਰਕੇ ਕੀਤੀ ਜਾ ਰਹੀ ਹੈ ਉਹਨਾਂ ਨੂੰ ਇਹ ਸਰਕਾਰ ਨੂੰ ਲੱਗਦਾ ਜੀ ਕਿ ਆੜਤੀ ਕਿਸਾਨਾਂ ਦਾ ਸਮਰਥਨ ਕਰ ਰਹੇ ਆ ਜੀ ਕਿਸਾਨਾਂ ਨੂੰ ਹਮਾਇਤ ਦੇ ਰਹੇ ਆ ਜੀ ਕਿਸਾਨਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਆ ਤੇ ਇਸ ਕਰਕੇ ਉਹ ਕਿਸਾਨਾਂ ਦਾ ਤੇ ਆੜਤੀਆਂ ਦਾ ਜਿਹੜਾ ਰਿਸ਼ਤਾ ਆ ਉਹਨੂੰ ਇੱਕ ਵਾਰ ਜਿਹੜਾ ਹੈਗਾ ਉਹ ਉਹਦੇ ਵਿੱਚ ਤੋੜਨ ਦਾ ਯਤਨ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਸਰਕਾਰ ਵੱਲੋਂ ਜੀ ਇਸ ਤਰ੍ਹਾਂ ਦੀ ਕੁਝ ਗੱਲਾਂ ਆ ਰਹੀਆਂ ਤੇ ਵੈਸੇ ਜੇ ਆਪਾਂ ਦੇਖੀਏ ਇੱਕ ਪਾਸੇ ਅੰਦੋਲਨ ਹੈ ਦੂਜੇ ਪਾਸੇ ਆੜਤੀ ਵੀ ਸਮਰਥਨ ਕਰ ਰਹੇ ਆ ਜੀ ਤੇ ਇਸ ਦੌਰਾਨ ਜਿਸ ਤਰ੍ਹਾਂ ਦੀ ਛਾਪੇਮਾਰੀ ਜੇ ਹੁੰਦੀ ਹੈ ਤੇ ਕੁਦਰਤੀ ਤੌਰ ਤੇ ਜਿਹੜਾ ਹੈਗਾ ਉਂਗਲ ਤਾਂ ਉਠਣੀ ਹੈ ਸੋ ਇਸ ਕਰਕੇ ਮਤਲਬ ਜਿਹੜਾ ਹੈਗਾ ਇਹ ਮਾਮਲਾ ਤਾਂ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੀ ਹੈ ਜੀ ਜੀ ਪਰ ਆੜਤੀ ਜਿਹੜੇ ਹੈਗੇ ਆ ਉਹ ਡਟ ਕੇ ਖੜੇ ਆ ਆੜਤੀ ਕਿਉਂਕਿ ਕਿਸਾਨਾਂ ਦੇ ਨਾਲ ਹੀ ਆੜਤੀ ਹੈਗੇ ਆ ਜੇ ਕਿਸਾਨ ਅੰਦੋਲਨ ਤੇ ਨੇ ਤਾਂ ਆੜਤੀਆਂ ਦਾ ਕਾਰੋਬਾਰ ਤਾਂ ਬੰਦ ਰਹਿਣਾ ਹੀ ਹੈ ਸੋ ਇਸ ਕਰਕੇ ਇਸ ਤਰ੍ਹਾਂ ਦਾ ਇੱਕ ਇੱਕ ਰਿਸ਼ਤਾ ਵੀ ਹੈ ਜੀ ਔਰ ਕਿਤੇ ਨਾ ਕਿਤੇ ਇਹਦੇ ਵਿੱਚੋਂ ਜਿਹੜਾ ਹੈਗਾ ਉਹ ਸਰਕਾਰ ਵੱਲ ਜਿਹੜਾ ਇਸ਼ਾਰਾ ਕਰ ਰਹੇ ਆ ਜੀ ਜੀ ਉਹਦੇ ਵੱਲ ਇਸ ਕਰਕੇ ਕਰ ਰਹੇ ਆ ਵੀ ਕਿਸਾਨਾਂ ਨੂੰ ਅਸੀਂ ਹਮਾਇਤ ਕਰ ਰਹੇ ਆ ਤੇ ਸਰਕਾਰ ਸਾਨੂੰ ਜਿਹੜਾ ਹੈਗਾ ਕਿਸਾਨਾਂ ਨਾਲੋਂ ਤੋੜਨਾ ਚਾਹੁੰਦੀ ਹੈ ਜੀ ਬਿਲਕੁਲ ਜੀ ਅਗਲੀ ਖਬਰ ਦੀ ਗੱਲ ਕਰੀਏ ਤਾਂ ਕੇਂਦਰ ਸਰਕਾਰ ਨੇ ਬਿਜਲੀ ਖੇਤਰ ਦੇ ਵਿੱਚ ਸੋਧ ਦੀ ਘੋਸ਼ਣਾ ਕੀਤੀ ਹੈ ਉਪਭੋਕਤਾਵਾਂ ਨੂੰ ਹੁਣ 24 ਘੰਟੇ ਬਿਜਲੀ ਮਿਲੇਗੀ ਔਰ ਸ਼ਹਿਰੀ ਖੇਤਰ ਦੇ ਵਿੱਚ 15 ਦਿਨਾਂ ਦੇ ਅੰਦਰ ਤੇ ਪਿੰਡੂ ਖੇਤਰਾਂ ਦੇ ਵਿੱਚ 30 ਦਿਨਾਂ ਦੇ ਅੰਦਰ ਅੰਦਰ ਨਵਾਂ ਕਨੈਕਸ਼ਨ ਮਿਲ ਜਾਏਗਾ ਇਹ ਇੱਕ ਚੰਗੀ ਖਬਰ ਹੈ ਕਿਵੇਂ ਵੇਖਦੇ ਹੋ ਹੈ ਤਾਂ ਚੰਗੀ ਖਬਰ ਹੈ ਜੇ ਇਹਨੂੰ ਅਮਲ ਵਿੱਚ ਸਹੀ ਤਰੀਕੇ ਨਾਲ ਲਿਆਂਦਾ ਜਾਂਦਾ ਤਾਂ ਜੀ ਜੀ ਬਹੁਤ ਸਾਰੇ ਕਾਨੂੰਨ ਬਣਦੇ ਆਪਾਨੂੰ ਪਤਾ ਹੀ ਹੈ ਨਵੇਂ ਨਵੇਂ ਕਾਨੂੰਨ ਨਵੇਂ ਸੋਧਾਂ ਵੀ ਹੁੰਦੀਆਂ ਬਹੁਤ ਸਾਰੀਆਂ ਬੜੇ ਪ੍ਰਭਾਵਸ਼ਾਲੀ ਸੋਧਾਂ ਹੁੰਦੀਆਂ ਬੜੇ ਪ੍ਰਭਾਵਸ਼ਾਲੀ ਕਾਨੂੰਨ ਬਣਦੇ ਆ ਸਾਡੇ ਜਿਹੜੇ ਸੰਵਿਧਾਨ ਹੈ ਉਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕਾਨੂੰਨ ਆ ਸੰਵਿਧਾਨ ਦੇ ਮੁਤਾਬਕ ਜਿਹੜੇ ਸਾਨੂੰ ਹੱਕ ਮਿਲਣੇ ਚਾਹੀਦੇ ਇਹ ਕਈ ਵਾਰਾ ਨਹੀਂ ਮਿਲਦੇ ਠੀਕ ਹੈ ਜ਼ਿਆਤੀ ਹੁੰਦੀ ਹੈ ਜੇ ਇਸ ਕਾਨੂੰਨ ਨੂੰ ਜੀ ਇਸੇ ਤਰ੍ਹਾਂ ਅਮਲ ਵਿੱਚ ਲਿਆਂਦਾ ਜਾਂਦਾ ਆ ਜਿਵੇਂ ਦਾਵਾ ਕੀਤਾ ਜਾ ਰਿਹਾ ਕਿ 24 ਘੰਟੇ ਬਿਜਲੀ ਮਿਲੇਗੀ ਠੀਕ ਹੈ ਔਰ ਜਿਹੜਾ ਕਨੈਕਸ਼ਨ ਆ ਕਨੈਕਸ਼ਨ ਕਈ ਥਾਵਾਂ ਤੇ ਪਾਬੰਦੀਆਂ ਲਾਈਆਂ ਹੋਈਆਂ ਆ ਬਿਜਲੀ ਬੋਰਡ ਨੇ ਆਪਣੇ ਪੱਧਰ ਤੇ ਸੋ ਇਹ ਆ ਕਿ ਕਨੈਕਸ਼ਨ ਜਿਹੜਾ ਹੈ ਸ਼ਹਿਰੀ ਖੇਤਰਾਂ ਦੇ ਵਿੱਚ 15 ਦਿਨਾਂ ਵਿੱਚ ਮਿਲ ਜਾਏਗਾ ਜੀ ਜੀ ਔਰ ਪਿੰਡੂ ਖੇਤਰਾਂ ਦੇ ਵਿੱਚ 24 ਦਿਨਾਂ ਵਿੱਚ ਮਿਲ ਜਾਏਗਾ ਜੀ ਪਰ ਸਵਾਲ ਇਸ ਗੱਲ ਦਾ ਹੈਗਾ ਕਿ ਜਦੋਂ 24 ਘੰਟੇ ਤੁਸੀਂ ਬਿਜਲੀ ਦੇਣੀ ਹੈ ਜੀ ਤਾਂ ਕੀ ਤੁਹਾਡੇ ਕੋਲੇ ਉਸ ਤਰ੍ਹਾਂ ਦਾ ਪ੍ਰਬੰਧ ਹੈ ਥੱਲੇ ਜੀ ਮਿਸਾਲ ਦੇ ਤੌਰ ਤੇ ਬਹੁਤ ਸਾਰੇ ਹੁਣ ਜਿਵੇਂ ਸ਼ਹਿਰੀਕਰਨ ਹੋਇਆ ਹੈ ਜੀ ਬਹੁਤ ਸਾਰੀਆਂ ਸ਼ਹਿਰਾਂ ਦੇ ird gird ਬਹੁਤ ਕਲੋਨੀਆਂ ਬਣੀ ਐ ਜੀ ਇੱਕਦਮ ਜਿਹੜਾ ਹੈਗਾ ਹਾੜਾ ਆ ਗਿਆ ਬਸੋਂ ਦਾ ਜੀ ਉੱਥੇ ਇਹਨਾਂ ਕੋਲੇ ਟਰਾਂਸਫਾਰਮਰ ਹੀ ਨਹੀਂ ਹੈਗੇ ਪੂਰੇ ਜੀ ਠੀਕ ਹੈ ਨਾ ਜੇ ਤੁਹਾਡੇ ਕੋਲੇ ਵਿਤਰਨ ਪ੍ਰਣਾਲੀ ਵਾਸਤੇ ਤੁਹਾਡੇ ਕੋਲ ਟਰਾਂਸਫਾਰਮਰ ਨਹੀਂ ਹੈਗੇ ਤੁਹਾਡੀਆਂ ਤਾਰਾਂ ਸਹੀ ਤਰੀਕੇ ਨਾਲ ਨਹੀਂ ਵਿਛੀਆਂ ਹੋਈਆਂ ਤੇ ਤੁਸੀਂ ਲੋਡ ਕਿੱਥੇ ਕਿੱਥੇ ਚੱਲੋਗੇ 24 ਘੰਟੇ ਦਾ ਫੀਲ ਤਾਂ ਤੁਹਾਡੇ ਗਰਮੀਆਂ ਚੋਂ ਹੀ ਉੱਡੇ ਰਹਿੰਦੇ ਹਰ ਵੇਲੇ ਜੀ 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 ਸੋ ਇਸ ਕਰਕੇ ਇਸ ਤਰ੍ਹਾਂ ਦੇ ਜੇ ਤਾਂ ਤਿਆਰੀ ਹੋ ਚੁੱਕੀ ਹੋਈ ਹੈ ਹਾਲੇ ਤੱਕ ਤਾਂ ਹੈ ਨਹੀਂ ਵੈਸੇ ਮੇਰੇ ਵੱਲੋਂ ਮੈਂ ਤਾਂ ਸਾਫ਼ ਜੀ ਗੱਲ ਕਰਦਾ ਹਾਲੇ ਤੱਕ ਤਾਂ ਤਿਆਰੀ ਹੈ ਨਹੀਂ ਇਸ ਤਰ੍ਹਾਂ ਦੀ ਜੀ ਤੇ ਜੇ ਇਹਨੂੰ ਇਹ ਸੋਚਣ ਵੀ ਮਤਲਬ ਕਿ 6 ਮਹੀਨਿਆਂ ਵਿੱਚ ਜਾਂ ਸਾਲ ਦੇ ਵਿੱਚ ਵਿੱਚ ਸਾਰਾ ਕੁਝ ਠੀਕ ਹੋ ਜਾਊਗਾ ਤੋਂ ਲੱਗਦਾ ਵੀ ਨਹੀਂ ਜੀ ਠੀਕ ਹੈ ਨਾ ਹਾਲੇ ਤੱਕ ਤਾਂ ਤੁਸੀਂ ਆਪ ਹੀ ਦੇਖ ਲਓ ਤੁਹਾਡੇ ਮੱਲੇ 'ਚ ਜੇ ਬਿਜਲੀ ਖਰਾਬ ਹੁੰਦੀ ਹੈ ਜੀ ਤੁਸੀਂ ਜੇ ਉੱਥੇ ਨੇੜਲੇ ਬਿਜਲੀ ਘਰ ਜਾਂਦੇ ਹੋ ਤੁਸੀਂ ਤੁਸੀਂ ਜਾ ਕੇ ਕੰਪਲੇਂਟ ਲਿਖਾਉਣੀ ਹੋ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਔਖਾ ਕੰਮ ਹੈਗਾ ਹੈ। ਜੀ। ਸੋ ਜੇ ਇਸ ਤਰ੍ਹਾਂ ਦੇ ਪ੍ਰਬੰਧ ਹੋ ਗਏ ਆ ਜੀ ਜੀ ਤਾਂ ਫਿਰ ਜੇ ਇਹਨੂੰ ਅਮਲ 'ਚ ਲਿਆਂਦੇ ਆ ਤਾਂ ਬੜੀ ਅੱਛੀ ਗੱਲ ਆ। 24 ਘੰਟੇ ਬਿਜਲੀ ਮਿਲਣੀ ਚਾਹੀਦੀ ਏ। ਹੁਣ ਤਾਂ ਅਸੀਂ 21 ਸਦੀ 'ਚ ਹੈਗੇ ਆਂ। ਜੀ। ਹੁਣ ਤਾਂ ਹੋਣਾ ਚਾਹੀਦਾ ਸਾਰਾ ਕੁਝ ਇਸ ਤਰ੍ਹਾਂ। ਜੀ। ਬਿਲਕੁਲ ਜੀ ਗੱਲ ਕਰ ਲੈਨੇ ਆ ਮੌਸਮ ਦੀ। ਆ ਕਾਫੀ ਜ਼ਿਆਦਾ ਖੜੀ ਤੋਂ ਪਰਹਨ ਦੇ ਕਰਕੇ ਦਿਨੇ ਜਿਹੜੀ ਠੰਡ ਆ ਉਹ ਕਟੀ ਆ ਲੇਕਿਨ ਕਿਆ ਜਾ ਰਿਹਾ ਹੈ ਕਿ ਜਨਵਰੀ ਤੱਕ ਠੰਡ ਰਾਤ ਨੂੰ ਕਾਫੀ ਜ਼ਿਆਦਾ ਵੱਜ ਸਕਦੀ ਹੈ, ਪਾਰਾ ਡਿੱਗ ਸਕਦਾ ਹੈ। ਮੌਸਮ ਬਾਰੇ ਕੀ ਕਹਿਣਾ ਚ ਦੇਖੋ ਇਹਦੇ ਮੌਸਮ ਬਾਰੇ ਅੱਜ ਕੱਲ ਹੁਣ ਦਸੰਬਰ ਖਤਮ ਹੋਣ ਵਾਲਾ ਤੁਹਾਨੂੰ ਪਤਾ ਹੈ ਵੀ ਜਦੋਂ 25 ਦਸੰਬਰ ਆਉਂਦਾ ਹੈ ਜੀ ਕਿਸਮਿਸ ਆਉਂਦੀ ਹੈ ਜੀ ਤਾਂ ਸਾਡੇ ਜਿਹੜੇ ਪਹਾੜੀ ਖੇਤਰ ਆ ਜੀ ਜੀ ਨੇੜੇ-ਨੇੜੇ ਜਿਹੜੇ ਸਾਡੇ ਪਹਾੜੀ ਪੰਜਾਬ ਦੇ ਨਾਲ ਲੱਗਦੇ ਆ ਉੱਥੇ ਬਰਫ ਬਾਰੀ ਵੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਨਾ ਤੇ ਇਹ ਹੈ ਵੀ ਸਰਦੀ ਦਾ ਮੌਸਮ ਆ ਜਨਵਰੀ ਫਰਵਰੀ ਤਾਂ ਪੀਕ ਹਾਰ ਹੁੰਦੀ ਹੀ ਹੈ ਜੀ ਠੀਕ ਹੈ ਦਸੰਬਰ ਦੇ ਜਿਹੜੇ ਅਖੀਰਲੇ ਦਿਨੇ ਆ ਉਹ ਵੀ ਬਹੁਤ ਠੰਡ ਵਾਲੇ ਹੁੰਦੇ ਆ ਜੀ ਸੋ ਇਹਨਾਂ ਦਿਨਾਂ ਚ ਥੋੜਾ ਜਿਹਾ ਵਿਚਾਰ ਰੱਖਣਾ ਬੜਾ ਜ਼ਰੂਰੀ ਹੈ ਹੌਲੀ ਹੌਲੀ ਤੁਹਾਡੀ ਬਾਡੀ ਜਿਹੜੀ ਹੈਗੀ ਇਸ ਟੈਂਪਰੇਚਰ ਨੂੰ ਸਹਿਣ ਦੇ ਯੋਗ ਹੋਏਗੀ ਉੱਤੋਂ ਕਰੋਨਾ ਦੀ ਮਹਾਮਾਰੀ ਵੀ ਚੱਲ ਰਹੀ ਹੈ ਜੀ ਜੇ ਤੁਸੀਂ ਬਿਮਾਰ ਹੋਵੋਗੇ ਤਾਂ ਤੁਹਾਡੇ ਇਮਿਊਨਿਟੀ ਜਿਹੜੀ ਹੈ ਉਹ ਵੀ ਕਮਜ਼ੋਰ ਹੁੰਦੀ ਹੈ ਜੀ ਔਰ ਖਾਸ ਕਰਕੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਜਦੋਂ ਇਹਨਾਂ ਦਿਨਾਂ ਚ ਧੁੰਦ ਪੈਂਦੀ ਹੈ ਜੀ ਉਦੋਂ ਸੜਕ ਹਾਦਸੇ ਬਹੁਤ ਹੁੰਦੇ ਸੋ ਇਸ ਕਰਕੇ ਸੜਕੀ ਹਾਦਸਿਆਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਉਹਦੇ ਵਾਸਤੇ ਤੁਹਾਨੂੰ ਬਹੁਤ احتیاط ਵਰਤਣ ਦੀ ਲੋੜ ਹੈ। ਤੁਹਾਨੂੰ ਦੇਖ ਕੇ ਚੱਲਣ ਦੀ ਲੋੜ ਹੈ। ਜੇ ਬਹੁਤ ਧੁੰਦ ਹੈਗੀ ਆ ਤਾਂ ਮੇਰੇ ਖਿਆਲੇ ਵੀ ਤੁਹਾਨੂੰ ਜੇ ਬਹੁਤ ਜ਼ਰੂਰੀ ਨਹੀਂ ਹੈ। ਤਾਂ ਸੜਕਾਂ ਦੇ ਉੱਤੇ ਕਾਰਾਂ ਭਜਾਉਣੀਆਂ ਜਿਹੜੀਆਂ ਹੈਗੀਆਂ ਉਹ ਵਾਜਬ ਨਹੀਂ ਹੈਗੀਆਂ। ਸੋ ਖਤਰਾ ਬਣਾ ਰਹਿਂਦਾ ਆ। ਆਪਣੇ ਆਪ ਨੂੰ ਬਚਾ ਕੇ ਰੱਖਣ ਦੀ ਲੋੜ ਹੈ। ਠੰਡ ਤੋਂ ਤੇ ਆਵਾਜਾਈ ਦੇ ਵਿੱਚ ਜਿਹੜਾ ਹੈਗਾ ਬਹੁਤ ਸੁਚੇਤ ਰਹਿਣ ਦੀ ਲੋੜ ਹੈ ਜੀ 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 ਗੱਲ ਕਰ ਲੈਣੇ ਆ ਸਾਡੇ ਪड़ोसी ਦੇਸ਼ नेपाल ਦੀ नेपाल ਦੇ ਵਿੱਚ ਜਿਹੜਾ ਸਿਆਸੀ ਸੰਕਟ ਹੈ ਉਹ ਕਾਫੀ ਜ਼ਿਆਦਾ ਗਹਿਰਾ ਗਿਆ ਹੈ ਸੰਸਦ ਭੰਗ ਕਰਨ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੋਇਆ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ नेपाल ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਅ ਭਾਜ ਕੇ ਇਹ ਜਿਹੜਾ ਰਾਜਨੀਤਿਕ ਸੰਕਟਕ ਹੈਗਾ ਹੈ ਜੀ ਜੀ ਉਹ ਕਿਉਂਕਿ ਸਾਡਾ ਗੁਆਂਢੀ ਮੁਲਕ ਆ ਜੀ ਸਾਨੂੰ ਉਤੋਂ ਦੀ ਹਰੇਕ ਜਿਹੜੀ ਉਤੋਂ ਦੀ ਮੁਸ਼ਕਲ ਹੈ ਜੀ ਸਾਨੂੰ ਵੀ ਸੁਣ ਕੇ ਤਕਲੀਫ ਹੁੰਦੀ ਹੈ ਜੀ ਜੀ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੱਕ ਡੈਮੋਕ੍ਰੇਸੀ ਵੱਲ ਵੱਧ ਰਿਹਾ ਸੀ ਮੁਲਕ ਇਹ ਜੀ ਔਰ ਹਾਲੇ ਕੋਈ ਪੁਰਾਣੀ ਡੈਮੋਕ੍ਰੇਸੀ ਨਹੀਂ ਹੈਗੀ ਜੀ ਰਾਜਾ ਸ਼ਾਹੀ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਉਤੋਂ ਦਾ ਇੱਕ ਜੋ ਮੂਰੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਆਇਆ ਹੈ ਦੇਸ਼ ਔਰ ਖਾਸ ਕਰਕੇ ਕਮਿਊਨਿਸਟ ਪਾਰਟੀਆਂ ਦਾ ਉੱਤੇ ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਦਾ ਪ੍ਰਭਾਵ ਹੈ ਕਮਿਊਨਿਸਟ ਪਾਰਟੀ ਦੇ ਅੰਦਰ ਹੀ ਜਿਹੜਾ ਹੈਗਾ ਉਹਦਾ ਅੰਦਰੂਨੀ ਸੰਕਟ ਹੈਗਾ ਉਹਦੇ ਕਰਕੇ ਜਿਹੜਾ ਹੈਗਾ ਅਸਥਿਰਤਾ ਪੈਦਾ ਹੋ ਰਹੀ ਹੋਤੀ ਸੋ ਅਸੀਂ ਇਹ ਚਾਹਾਂਗੇ ਸਾਡੀ ਇੱਛਾ ਹੈ ਕਿ ਸਾਡਾ ਜਿਹੜਾ ਗਵਾਂਢੀ ਮੁਲਕ ਆ ਜੀ ਜੀ ਉੱਥੇ ਜਮਹੂਰੀਅਤ ਦੀ ਬਹਾਲੀ ਜਿਹੜੀ ਹੈ ਉਹ ਬਣੀ ਰਹਿਣੀ ਚਾਹੀਦੀ ਹੈ ਰਾਜਨੀਤਿਕ ਸਥਿਰਤਾ ਜਿਹੜੀ ਹੈਗੀ ਉਹ ਜ਼ਰੂਰੀ ਹੈ ਛੋਟਾ ਦੇਸ਼ ਆ ਜੀ ਗਰੀਬ ਦੇਸ਼ ਆ ਔਰ ਅਸਥਿਰਤਾ ਜਿਹੜੀ ਹੈ ਉਸ ਦੇਸ਼ ਦੀ ਠੀਕ ਨਹੀਂ ਹੈਗੀ ਜੀ ਜੇ ਸਾਡੇ ਗਵਾਂਢੀ ਮੁਲਕ ਇਸ ਤਰ੍ਹਾਂ ਅਸਥਿਰ ਅਸਥਿਰ ਰਹਿੰਦੇ ਆ ਜੋ ਸਾਡੇ ਤੇ ਵਿਅਸਰ ਹੁੰਦਾ ਹੈ ਜੀ ਬਿਲਕੁਲ ਜੀ ਅਗਲੀ ਖਬਰ ਦੀ ਗੱਲ ਕਰ ਲੈਣੇ ਆ ਅਮਰੀਕੀ ਰਾਸ਼ਟਰਪਤੀ ਚੋਣਾਂ ਜਿਹੜੀਆਂ ਹੋਈਆਂ ਸੀ ਰਾਸ਼ਟਰਪਤੀ ਡੋਨਲਡ 트ੰਪ ਜਿਹੜੇ ਨੇ ਉਹਨਾਂ ਨੇ ਇਹਨੂੰ ਫਿਰ ਤੋਂ ਚੁਣੌਤੀ ਦਿੱਤੀ ਹੈ ਉਹ ਇਹਨਾਂ ਨਤੀਜਿਆਂ ਤੋਂ ਖੁਸ਼ ਨਹੀਂ ਹੈ ਕਿ ਨਵੀਂ ਪਟੀਸ਼ਨ ਉਹਨਾਂ ਨੇ ਦਾਖਲ ਕਰ ਦਿੱਤੀ ਹੈ ਇਹਦੇ ਬਾਰੇ ਕੀ ਕਹਿ ਸਕਦੇ ਹੋ ਉਹ ਬੜਾ ਅਜੀਬ ਜਿਹਾ ਮਾਹੌਲ ਬਣਿਆ ਅਮਰੀਕਾ ਜੀ ਜੀ ਠੀਕ ਹੈ ਨਾ ਅਗੇ ਆਪਾਂ ਦਾ ਇਹ ਸੁਣਦੇ ਸਨ ਤਾਂ ਲੱਗਦਾ ਸੀ ਮੈਂ ਸਾਡੇ ਮੁਲਕ ਦੇ ਵਿੱਚ ਹੀ ਇਹੋ ਜਿਹਾ ਕੁਝ ਹੁੰਦਾ ਹੈ ਜੀ 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 ਅਮਰੀਕਾ ਵਰਗਾ ਕਦੇ ਜਿਵੇਂ ਅਸੀਂ ਸੋਚਿਆ ਹੀ ਨਹੀਂ ਹੋਣਾ ਅਮਰੀਕਾ ਦੇ ਵਿੱਚ ਵੀ ਇਹ ਕੁਝ ਹੁੰਦਾ ਹੈ ਜੀ ਜੀ ਪਰ ਜਿਵੇਂ ਆਪਾਂ ਕਹਿੰਨੇ ਆ 트੍ਰੰਪ ਨੇ ਇਹ ਸਾਰੇ ਪਰਦੇ ਜਿਹੜੇ ਉਲਾ ਦਿੱਤੇ ਜੀ ਵੀ ਰਾਜਨੀਤੀ ਦੇ ਵਿੱਚ ਹਰੇਕ ਥਾਂ ਤੇ ਇੱਕੋ ਜਿਹਾ ਕੁਝ ਵਾਪਰਦਾ ਹੁੰਦਾ ਹੈ ਜੀ ਵੇਖੋ ਉੱਥੋਂ ਦੇ ਨਤੀਜੇ ਵੀ ਆ ਗਏ ਨਵੇਂ ਰਾਸ਼ਟਰਪਤੀ ਦਾ ਐਲਾਨ ਵੀ ਹੋ ਗਿਆ ਬਿਲਕੁਲ ਉਸ ਤੋਂ ਬਾਅਦ ਫਿਰ ਜਿਹੜੇ 트럼ਪ ਸਾਹਿਬ ਜੇ ਹੈਗੇ ਪਿਛਲੀ ਵਾਰ ਇਹ ਆਇਆ ਸੀ ਕਿ 트럼ਪ ਸਾਹਿਬ ਛੱਡਣ ਲਈ ਤਿਆਰ ਹੋ ਗਏ ਆ ਵਾਈਟ ਹਾਊਸ ਨੂੰ ਪਰ ਜਿਵੇਂ ਵਾਈਟ ਹਾਊਸ ਦਾ ਐਸਾ ਸਵਾਦ ਪਿਆ 트럼ਪ ਸਾਹਿਬ ਨੂੰ ਉਹ ਬਾਹਰ ਜਾਣ ਲਈ ਤਿਆਰ ਹੀ ਨਹੀਂ ਹੈਗੇ ਉਹਨਾਂ ਨੂੰ ਲੱਗਦਾ ਜਿਵੇਂ ਬਾਹਰ ਚਲਾ ਗਿਆ ਤੇ ਜਿਵੇਂ ਉਹਨਾਂ ਨੇ ਜਿਉਂਦੇ ਹੀ ਨਹੀਂ ਰਹਿਣਾ ਠੀਕ ਹੈ ਨਾ ਸੋ ਅਖੀਰ ਉਹ ਤਾਂ ਸਚਾਈ ਸਾਹਮਣੇ ਆਉਣੀ ਹੈ ਜੀ ਜੇ ਲੋਕਾਂ ਨੇ ਨਵਾਂ ਰਾਸ਼ਟਰਪਤੀ ਚੋਣ ਲਿਆ ਜੀ ਜੋ ਉਹਨਾਂ ਨੂੰ ਰੱਦ ਕਰ ਦਿੱਤਾ ਆ ਤੇ ਪਰ ਉਹਨਾਂ ਨੂੰ ਬਚਾਉਣ ਵਾਲਾ ਤਾਂ ਕੋਈ ਹੈ ਨਹੀਂ ਜੀ ਇਹ ਆ ਵੀ ਜਿੰਨੇ ਦਿਨ ਤੱਕ ਉਹ ਲੰਘਾ ਸਕਦੇ ਆ ਉਹ ਉਤਨ ਦਾ ਹੈ ਆਪਣਾ ਸਿਸਟਮ ਉਤਨ ਦਾ ਕਾਨੂੰਨ ਹੈ ਜੀ ਉਹਨੀਆਂ ਦੇਰ ਤੱਕ ਉਹ ਅੱਗੇ ਟਪਾਈ ਜਾਣਗੇ ਜੀ ਪਰ ਇਹ ਇਸ ਤਰ੍ਹਾਂ ਦੀ ਅਜੀਬ ਜਿਹੜੀ ਸਥਿਤੀ ਹੈ ਅਮਰੀਕਾ ਦੀ ਇਹ ਠੀਕ ਨਹੀਂ ਲੱਗ ਰਹੀ ਇਹਦੇ ਨਾਲ ਤੇ ਉਹ ਲੱਗ ਰਿਹਾ ਜਿਵੇਂ ਅਮਰੀਕਾ ਦੇ ਵਿੱਚ ਤਾਂ ਹੋਰ ਵੀ ਲੋਕ ਜਿਹੜੇ ਰਾਜਨੀਤਿਕ ਤੌਰ ਤੇ ਮਾੜੇ ਆ ਸਾਡੇ ਨਾਲੋਂ ਕਿਤੇ ਮਾੜੇ ਆ ਬਿਲਕੁਲ ਜੀ ਇਸ ਦੇ ਨਾਲ ਹੀ ਖਬਰਾਂ ਦੀ ਸਮੀਖਿਆ ਨੂੰ ਇੱਥੇ ਹੀ ਸਮੇਟ ਦਿਆਂ ਮਦਨਦੀਪ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਇੰਨੀ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ